ਰਹੀਮ ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਜੈਸਾ ਕਿ ਤੁਹਾਡੇ ਵਾਸਤੇ ਰੋਜ਼ਾਨਾ ਸੋਹਣੇ ਅਤੇ ਖੂਬਸੂਰਤ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ, ਹੁਣ ਫਿਰ ਲੈ ਕੇ ਆਏ ਹਾਂ ਇੱਕ ਤੀਸਰੇ ਸੂਏ ਦੀ ਮੱਝ। ਮੱਝ ਹੁਣ ਹੀ ਸੁਣਦੀ ਪਈ ਹੈ ਜੇ, ਅਤੇ ਤੁਸੀਂ ਵੇਖ ਸਕਦੇ ਹੋ ਕੈਮਰਾਮੈਨ ਮੱਝ ਵਿਖਾਉਂਦੇ ਨੇ। ਮੱਝ ਵੇਖਣ ਤੋਂ ਪਹਿਲੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ, ਤਾਂ ਕਿ ਸਾਡੀ ਹਰ ਆਉਣ ਦੀ ਵੀਡੀਓ 'ਤੇ ਵੀਡੀਓ ਬਿਲਕੁਲ ਆਸਾਨੀ ਦੇ ਨਾਲ ਤੁਹਾਡੇ ਤੱਕ ਪਹੁੰਚ ਸਕੇ। ਕੈਮਰਾਮੈਨ ਮੱਝ ਵਿਖਾਓ, ਫਿਰ ਮਾਲਕ ਨਾਲ ਗੱਲ ਕਰਨਾ। ਤੋਰ ਸਕਦੇ ਹਾਂ ਕਿ ਨਹੀਂ? ਤੋਰ ਲਓ ਇਹਨੂੰ, ਆ ਦੱਸੋ। ਇਹਨੂੰ ਥੋੜ੍ਹਾ ਜਿਹਾ ਨਾ ਤੋਰੋ ਹੰਬਲਾ ਛੱਡ ਕੇ। ਦੋਸਤੋ, ਰਾਏ ਨਿਆਜ਼ ਖਰਾ ਲੱਗੇ ਵੀ ਵੀਡੀਓ ਪਹਿਲੀ ਇਹਨਾਂ ਕੋਲ ਬਣਾਈ ਹੈ। 417 ਪਿੰਡ, ਤਹਿਸੀਲ ਤਾਂਦਲਾ ਵਾਲਾ, ਜ਼ਿਲ੍ਹਾ ਫੈਸਲਾਬਾਦ। ਅੱਛਾ ਰਾਏ ਸਾਹਿਬ, ਇਹ ਹੁਣ ਕਿਨਵਾਂ ਸੁਆ ਸੁਣਦੀ ਵੀ? ਦੋਸਤੋ, ਇਹ ਬਿਲਕੁਲ ਹੀ ਤੁਸੀਂ ਵੇਖ ਲਈਏ, ਹੁਣ ਹੀ ਸੁਣਦੀ ਪਈ ਹੈ। ਸਾਨੂੰ ਥੋੜ੍ਹੀ ਜਿਹੀ ਜਲਦੀ ਆਈ, ਤੁਹਾਨੂੰ ਪਤਾ ਕਿ ਸਾਡੇ ਖਲੋਤਿਆਂ ਸ਼ਾਇਦ ਮੱਝ ਨਾ ਬਣਦੀ, ਅਤੇ ਅਜੇ ਤੀਕਰ ਹੁਣ ਹੀ ਸੁਣਦੀ ਪਈ ਹੈ। ਇਸ ਵਜ੍ਹਾ ਤੋਂ ਅਸੀਂ ਵੀਡੀਓ ਬਣਾ ਲਈ ਹੈ। ਕਿਨਵਾਂ ਸੁਆ ਸੁ ਰਹੀ ਹੈ ਜੀ? ਪੱਕਾ ਤੀਸਰਾ ਸੁਆ? ਤੀਸਰਾ ਸੁਬਾਹ ਸੂਰ ਹੀ ਹੈ ਜੀ। ਹੁਣ ਜੱਟ ਨੂੰ ਸਾਡੇ ਜਾਣ ਤੋਂ ਬਾਅਦ ਹੀ ਸੂ ਪਵੇ ਜੀ। ਅਤੇ ਰਾਜ ਸਾਹਿਬ, ਇਹਦਾ ਦੂਸਰੇ ਸੂਬੇ ਦਾ ਕੋਈ ਦੁੱਧ ਦਾ ਕੋਈ ਤੁਸੀਂ ਤੁਹਾਡੀ ਵਪਾਰ ਦੀ ਹੈ? ਫਿਰ ਵੀ ਕੋਈ ਨਾ ਦੱਸਿਆ ਹੋਵੇ ਇਹਦਾ ਕੋਈ ਰਿਕਾਰਡ ਕੇ, ਦੂਸਰੇ ਸੂਬੇ ਦਾ ਕਿੰਨਾ ਕੁ ਦੁੱਧ ਕਰਦੀ ਰਹੀ ਹੈ? ਦੂਸਰੇ ਦਾ ਜੀ ਉਹਨੇ 16-17 ਸੌ ਪੱਕਾ ਜਿਹੜਾ ਦੱਸਿਆ, 16-17 ਕਿਲੋ ਦੂਸਰੇ ਸੂਬੇ ਦਾ ਉਹਨਾਂ ਦੱਸਿਆ। ਹੁਣ ਤਾਂ ਅੱਗੇ ਵੇਖੀਓ, ਨਸੀਬ ਮੁਕੱਦਰ ਹੈ, ਸੁਣਦੀ ਹੈ ਤਾਂ ਦੋਸਤੋ ਇਹ ਤਾਂ ਅੱਲਾ ਬਿਹਤਰ ਜਾਂਦਾ ਕਿ ਕੱਟੀ ਜੰਮਦੀ ਹੈ ਜਾਂ ਕੱਟਾ ਜੰਮਦਾ ਜਾਂ ਕਿੰਨਾ ਦੁੱਧ ਕਰਦੀ ਹੈ।
ਤੇ ਤੀਸਰਾ ਸੂਆ ਸੂਰੀ ਹੈ। ਬਾਕੀ ਇਹਦੀ ਹੁਣ ਪਤਾ ਚੱਲਦਾ ਅਗਰ ਸੂਈ ਹੋਈ ਹੁੰਦੀ ਦੁੱਧ ਦਾ ਤੁਹਾਡੇ ਕੋਲ ਬੋਲੇ ਤਾਂ ਪੁੱਛਦੇ। ਹੁਣ ਨੰਬਰ ਵੀ ਇੱਕ ਤਾਂ ਆਪਦਾ ਬੋਲ ਦਿਓ, ਅੱਗੇ ਵੀ ਤੁਸੀਂ ਵੀਡੀਓ 'ਚ ਬੋਲਿਆ, ਚਲੋ ਇਹਦੇ ਵਿੱਚ ਵੀ ਬੋਲ ਦਿਓ। ਮੇਰਾ 0302-4012-417 0302-4012-417 ਦੋਸਤ ਦਾ ਨੰਬਰ ਹੈ, ਰਾਜਨਿਆਸ ਖਰਲ। ਤੁਸੀਂ ਰਾਬਤਾ ਇਹਨਾਂ ਨਾਲ ਕਰ ਸਕਦੇ ਹੋ, ਸਾਡੇ ਨਾਲ ਕਰ ਸਕਦੇ ਹੋ। ਕੁਛ ਦੋਸਤਾਂ ਦਾ ਫਰਮਾਇਸ਼ ਹੁੰਦੀ ਕਿ ਨੰਬਰ ਦੇ ਦਿਓ, ਅਸੀਂ ਮਾਲਕ ਨਾਲ ਕਰਨੇ ਹੈ। ਸਾਡੇ ਦੋਸਤ ਹਨ ਸਜਾਦ ਸਾਹਿਬ ਹਨ, ਹਾਜੀ ਰਸ਼ੀਦ ਸਾਹਿਬ ਹਨ, ਇਮਰਾਨ ਸਾਹਿਬ ਹਨ, ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਹਰ ਵੀਡੀਓ ਦੇ ਵਿੱਚ ਮਾਲਕ ਦਾ ਨੰਬਰ ਦੇਣਾ ਸੀ। ਉਹਨਾਂ ਦੇ ਕਹਿਣ 'ਤੇ ਨੰਬਰ ਦੇ ਰਹੇ ਹਾਂ ਜੀ, ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਨਾਲ। ਸਾਨੂੰ ਸਗੋਂ ਖੁਸ਼ੀ ਹੈ ਕਿ ਅਗਰ ਸਾਡੇ ਥਰੂ ਕਿਸੇ ਦਾ ਸੌਦਾ ਹੁੰਦਾ ਨਾ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ। ਬਾਕੀ ਤੁਹਾਡੇ ਅੱਗੇ ਇੱਕ ਹੀ ਅਰਜ਼ ਹੈ, ਰਿਕੁਐਸਟ ਹੈ ਕਿ ਤੁਸੀਂ ਸਾਡੇ ਨਾਲ ਮੁਹੱਬਤ ਕਰਦੇ ਹੋ, ਤੁਹਾਡਾ ਸ਼ੁਕਰੀਆ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜਿਤਨਾ ਹੋ ਸਕੇ ਦੋਸਤਾਂ ਦੇ ਨਾਲ ਇਹਨੂੰ ਸ਼ੇਅਰ ਕਰੋ, ਸਾਡੇ ਵਾਸਤੇ ਇਹੀ ਬਹੁਤ ਹੈ। ਬਾਕੀ ਸਾਡਾ ਕੰਮ ਹੈ ਕਿ ਕੋਸ਼ਿਸ਼ ਕਰੀਦੀ ਕਿ ਅੱਛੀ ਤੋਂ ਅੱਛੀ ਚੀਜ਼ ਤੁਹਾਨੂੰ ਦਿਖਾਈਏ। ਬਾਕੀ ਲੈਣ ਦੇਣ ਨਸੀਬ ਮੁਕੱਦਰ ਹੈ। ਅੱਛਾ ਰਾਜ ਸਾਹਿਬ, ਇਹਦੀ ਹੁਣ ਕਨਫਰਮ ਅਤੇ ਪੱਕੀ ਜੀ ਕੀਮਤ ਦੱਸੋ। ਬਾਕੀ ਹੁਣ ਸੁਣਦੀ ਪਈ ਉਹ ਤਾਂ ਅੱਲਾ ਬਿਹਤਰ ਜਾਣਦਾ ਕੀ ਉਸ ਯਕੀਨ ਆ ਉਸ ਅੱਲਾ ਬਿਹਤਰ ਦੱਸੋ। ਹਾਂਜੀ, ਅਤੇ ਇਹਦੀ ਹੁਣ ਕਨਫਰਮ ਜਿਹੜੀ ਪੱਕੀ ਜੀ ਕਨਫਰਮ ਜੀ 2,90,000 ਰੁਪਈਆ ਪੱਕੀ ਕੀਮਤ। ਪੱਕੀ ਕੀਮਤ ਜੇ ਮੈਂ ਆਖਾਂ ਜ਼ਿਆਦੀ ਹੈ ਤਾਂ ਫਿਰ ਬਿਲਕੁਲ ਜਾਇਜ਼ ਰਹੇ ਸਕਦਾ, ਮੇਰੇ ਹਿਸਾਬ ਨਾਲ ਤਾਂ ਜ਼ਿਆਦੀ ਹੈ। ਬਾਕੀ ਤੁਹਾਡੀ ਚੀਜ਼ ਹੈ, ਤੁਸੀਂ ਮੰਗ ਸਕਦੇ ਹੋ ਜਿੰਨੇ ਮਰਜ਼ੀ ਮੰਗੋ, ਕੋਈ ਆਪਣਾ ਰਾਹ ਦਿਓ ਪੱਕਾ ਜਿਹਾ ਜਿੱਥੇ ਤੁਸੀਂ ਦੇਵਣੀ ਹੈ। ਬਾਕੀ ਮੰਗਣ ਨੂੰ ਤਾਂ ਜਿਵੇਂ ਮੰਗੀ ਜਾਓ ਅਤੇ ਉਹ 80 ਦੀ ਪੈ ਜਾਣਾ, 1,80,000 ਦੀ ਮੰਗ ਦੇ ਸਕਦਾ। ਅਜੇ ਵੀ ਕੁਛ ਜ਼ਿਆਦਾ ਮਹਿਸੂਸ ਨਹੀਂ, ਸੂਪ ਹੁੰਦੀ ਨਾ ਰਾਜ ਜੀ ਤਾਂ ਪਤਾ ਲੱਗ ਜਾਵੇ ਆ ਵੀ ਕੱਟੀ ਹੈ। ਮਾਸ਼ਾਅੱਲਾ ਇਹਨੇ ਦੀ ਜ਼ਰੂਰ ਮੰਗ ਜਾਏਗੀ, ਉਹ ਤਾਂ ਹੁਣ ਸਾਡੇ ਦੋਸਤ ਵੇਖਦੇ ਪੈਣ, ਉਹਨਾਂ ਨੂੰ ਬਿਹਤਰ ਪਤਾ ਸਾਡੇ ਨਾਲ ਕਿ ਇੰਨੇ ਦੀ ਹੈ, ਇਸ ਤੋਂ ਵੱਧ ਹੈ ਜਾਂ ਘੱਟ ਹੈ। ਬਾਕੀ ਬਿਲਕੁਲ ਸਾਫ਼ ਮਾਰ ਦੇ, ਕਿਸੇ ਕਿਸਮ ਦੀ ਕੋਈ ਮਸਲਾ ਨਹੀਂ, ਕੋਈ ਗੱਲ ਨਹੀਂ। ਚਵਾਈ ਦੀ ਗਰੰਟੀ ਹੈ, ਮਤਲਬ ਕੋਈ ਥਾਨ ਕੋਈ ਕਿਸੇ ਕਿਸਮ ਦਾ ਕੋਈ ਥਾਨ ਮਸਲਾ ਬਿਹਤਰੀਨ ਧਾਰ ਹੁੰਦੀ। ਠੀਕ ਹੋ ਗਿਆ ਜੀ, ਛੱਟਾ ਕੋਈ ਪਿਆਰ ਮੁਹੱਬਤ ਹੋਰ ਕਰੋ ਇਹਦੇ ਵਿੱਚ। ਬਾਕੀ ਨੰਬਰ ਤੁਹਾਡਾ ਦੇ ਦਿੱਤਾ ਤੇ ਸਾਡੇ ਦੋਸਤ ਅਗਰ ਕਰਦੇ ਨਾ, ਕੋਈ ਵੀ ਫੋਨ ਕਰਦਾ ਤੁਹਾਨੂੰ ਪੁੱਛਦਾ ਤੇ ਸਾਡੀ ਇਹ ਰਿਕੁਐਸਟ ਹੈ ਕਿ ਉਹਨਾਂ ਅੱਗੋਂ ਨਾ ਲਾਜ਼ਮੀ ਕਰਿਆ, ਸਾਡੇ ਕਹਿਣ ਤੋਂ ਹਟ ਕੇ ਵੀ ਤੁਸੀਂ ਉਹਨਾਂ ਨਾਲ ਕਰਨੀ, ਕਿਉਂਕਿ ਆਪਣੇ ਉਹ ਮਹਿਮਾਨ ਹਨ, ਦੋਸਤ ਹਨ, ਆਪਣੇ ਵਾਸਤੇ ਮੁਅੱਜ਼ਜ਼ ਹਨ। ਇੱਕ ਤਾਂ ਉਹ ਸਫ਼ਰ ਕਰਕੇ ਆਉਂਦੇ ਹਨ, ਕਿਰਾਇਆ ਕਾਫ਼ੀ ਭਰਦੇ ਹਨ, ਅਤੇ ਦੂਸਰੇ ਨੰਬਰ 'ਤੇ ਵੈਸੇ ਵੀ ਆਪਣੇ ਅਜ਼ੀਜ਼ ਹਨ, ਅਤੇ ਤੁਸੀਂ ਮੁਹੱਬਤ ਜ਼ਰੂਰ ਕਰਨੀ। ਕੁਛ ਹੋਰ ਹੁਣ ਮੈਨੂੰ ਦੱਸੋ, ਅਖੀਰ ਆਪਣੀ ਅਖੀਰ ਪੈ ਜਾਣਾ 1,80,000 ਜਿਸ ਤੋਂ ਘੱਟ ਕੁਛ ਹੋਰ ਨਹੀਂ। ਚਲੋ ਦੋਸਤ ਕੋਈ ਪਸੰਦ ਕਰਦੇ ਤਾਂ ਉਦੋਂ ਹੋ ਜਾਸੀ, ਉਹ ਫਿਰ ਦੇਖਿਆ ਜਾਏਗਾ, ਮਤਲਬ ਕਿ ਹੋ ਜਾਸੀ। ਠੀਕ ਹੈ ਦੋਸਤੋ, ਇਨਸ਼ਾਅੱਲਾ ਹੋ ਜਾਸੀਗੀ 1,80,000 ਰੁਪਈਆ। ਦੱਸ ਰਹਿਣ ਨੰਬਰ ਤੁਹਾਨੂੰ ਦੇ ਦਿੱਤਾ ਹੈ, ਅਤੇ ਤੀਸਰਾ ਸੂਆ ਸੁਣਦੀ ਪਈ ਹੈ, ਮਾਸ਼ਾਅੱਲਾ ਸੋਹਣੀ ਮੱਝ ਹੈ, ਖੂਬਸੂਰਤ ਹੈ। ਬਾਕੀ ਨਸੀਬ ਮੁਕੱਦਰ ਹੈ ਤਾਂ ਪਤਾ ਚੱਲਦਾ ਜੇ ਸੂਈ ਹੁੰਦੀ ਕਿ ਕੀ ਇਹ ਘੱਟੀ ਹੁੰਦੀ ਜਾਂ ਘੱਟਾ ਹੁੰਦਾ। ਖਾਣਾ ਦੀ ਗਰੰਟੀ ਦੇ ਰਹੇ ਹਨ, ਅਤੇ ਦੁੱਧ ਦੂਸਰੇ ਸੂਬੇ ਦਾ 15 ਤੋਂ 16 ਕਿਲੋ ਦੱਸ ਰਹੇ ਹਨ ਕਿ ਦੂਸਰੇ ਸੂਬੇ ਮਾਲਕਾਂ ਨੇ ਕਿਹਾ, ਇਹ ਬਾਈ ਹੋਰਾਂ ਦਾ ਵੀ ਵਪਾਰ ਹੈ ਆਪਣੀ ਨਹੀਂ, ਮਾਲਕਾਂ ਨੇ ਕਿਹਾ ਕਿ 15 ਤੋਂ 16 ਕਿਲੋ ਦਿੰਦੀ ਰਹੀਏ, ਐਜ ਕੀ ਹੁਣ ਅੱਲਾ ਬਿਹਤਰ ਜਾਣਦਾ ਕਿ ਕਿਤਨਾ ਕਰਦੀ ਹੈ। ਅਤੇ ਬਾਕੀ ਬਾਈ ਹੋਰਾਂ ਨਾਲ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ, ਫਿਰ ਵੀ ਅਗਰ ਤੁਹਾਡਾ ਸੌਦਾ ਹੁੰਦਾ ਨਾ ਤਾਂ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਸਾਂ ਕਿ ਬਾਈ ਹੋਰੀ ਇਸ ਤੋਂ ਵੀ ਘੱਟ ਕਰਨ। ਠੀਕ ਹੈ ਦੋਸਤੋ, ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਸਾਡੇ ਤੁਹਾਡੇ ਤੱਕ ਬਿਲਕੁਲ ਆਸਾਨੀ ਦੇ ਨਾਲ ਪਹੁੰਚ ਸਕੇ। ਮਿਲਾਂਗੇ ਦੋਸਤੋ ਅਗਲੀ ਵੀਡੀਓ ਤੱਕ, ਇਜਾਜ਼ਤ ਦਿਓ, ਖੁਦਾ ਹਾਫਿਜ਼।